ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂਜੀ ਪਾਕਿਸਤਾਨ ਵਿੱਚ ਉੱਠੀ ਮੋਹਨ ਮੋਹਨ ਸਿੰਘ ਵਰਗੀ ਕਿਸੇ ਸ਼ਖਸੀਅਤ ਨੂੰ ਅੱਗੇ ਕਰਨ ਦੀ ਮੰਗ ਹੈ ਵੱਡੀ ਖਬਰ ਆ ਚੁੱਕੀ ਹੈ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਿਛਲੇ ਕੁਝ ਹਫ਼ਤਿਆਂ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਆਟਾ ਜੀ ਹਾਂ ਦਾਲਾਂ ਤੇਲ ਤੇ ਗੈਸ ਦੀਆਂ ਕੀਮਤਾਂ ਪਾਕਿਸਤਾਨ ਦੇ ਵਿੱਚ ਆਸਮਾਨ ਨੂੰ ਛੂ ਰਹੀਆਂ ਨੇ ਪੈਟਰੋਲ 350 ਰੁਪਏ ਪ੍ਰਤੀ ਲੀਟਰ ਤੇ ਚੋਲ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਰੇ ਨੇ ਅਜਿਹੇ ਚ ਹੁਣ ਵੇਵਸ ਪਾਕਿਸਤਾਨ ਸਰਕਾਰ ਆਈਐਮਐਫ ਦੇ ਨਾਲ-ਨਾਲ ਆਪਣੇ ਕਈ ਮੰਤਰੀ ਦੇਸ਼ਾਂ ਤੋਂ ਮਦਦ ਦੀ ਅਪੀਲ ਕਰ ਰਹੀ ਨੇ ਜੀ ਹਾਂ ਅਜਿਹੇ ਚ ਪਾਕਿਸਤਾਨ ਦੀ ਸ਼ਾਹਬਾ ਸ਼ਰੀਫ ਸਰਕਾਰ ਕહી ਰਹਾ ਨਹੀਂ ਲਾਪਰਵਾਹੀ ਵਿਰੋਧੀ ਧਿਰ ਪੂਰੀ ਤਰ੍ਹਾਂ ਹਮਲਾਵਾਰ ਹੋ ਗਈ ਹੈ ਬਿਜ਼ਨਸ ਟੂਡੇ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਅਰਥ ਸ਼ਾਸਤਰੀ ਸਰਕਾਰ ਨੂੰ ਸਲਾਹਾ ਦੇ ਰਹੇ ਹਨ ਕਿ ਆਰਥਿਕ ਸੰਕਟ ਨੂੰ ਦੂਰ ਕਰਨ ਦੇ ਲਈ ਭਾਰਤ ਤੋਂ ਜੀ ਹਾਂ ਸੁਝਾ ਮੰਗੇ ਜਾਣੇ ਚਾਹੀਦੇ ਨੇ ਪਾਕਿਸਤਾਨੀ ਅਮਰੀਕੀ ਆਰਥਿਕ ਮਾਮਲਿਆਂ ਦੇ ਮਾਹਿਰਾਂ ਨੇ ਇਸਲਾਮਾਬਾਦ ਨੂੰ ਸਲਾਹ ਦਿੱਤੀ ਹੈ ਕਿ ਆਰਥਿਕ ਮਾਮਲਿਆਂ ਨੂੰ ਸਲਝਾਉਣ ਲਈ ਭਾਰਤ ਵਾਂਗ ਯੋਗ ਵਿਅਕਤੀਆਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ